ਗੁਆਂਢੀ ਦੇ ਵੱਲੋਂ ਆਪਣੇ ਗੁਆਂਢ ਦੇ ਹੀ ਇੱਕ ਘਰ ਦੇ ਵਿੱਚ ਚੋਰੀ ਕੀਤੀ ਗਈ। ਜਦ ਘਰ ਦਾ ਜੀ ਕਿਸੇ ਕੰਮ ਵਜੋਂ ਬਾਹਰ ਸੀ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਇੰਨੀ ਚਿਰ ਨੂੰ ਹੀ ਚੋਰ ਮੌਕਾ ਦੇਖਦਾ ਅਤੇ ਫਿਰ ਘਰ 'ਚ ਤਾਲਾ ਤੋੜ ਕੇ ਦਾਖਲ ਹੋ ਜਾਂਦਾ ਅਤੇ ਫਿਰ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗੁਆਂਢੀ ਦੇ ਵੱਲੋਂ ਆਪਣੇ ਹੀ ਨਾਲ ਲੱਗਦੇ ਘਰ ਦੇ ਇੱਕ ਗੁਆਂਢੀ ਦੇ ਘਰ 'ਚ ਚੋਰੀ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ ਔਰ ਇੱਥੋਂ ਤੱਕ ਕਿ ਉਸਦੇ ਵੱਲੋਂ ਘਰ ਦਾ ਪੱਖਾ ਤੱਕ ਨਹੀਂ ਛੱਡਿਆ ਗਿਆ। ਤੁਹਾਨੂੰ ਦੱਸ ਦਈਏ ਕਿ ਇੱਕ ਕਿਰਾਏਦਾਰ ਬੀਤੇ 20 ਸਾਲਾਂ ਤੋਂ ਇੱਕ ਘਰ ਦੇ ਵਿੱਚ ਰਹਿ ਰਿਹਾ ਸੀ ਅਤੇ ਉਸਨੂੰ ਨਹੀਂ ਪਤਾ ਸੀ ਕਿ ਉਸਦਾ ਗੁਆਂਢੀ ਹੀ ਅਜਿਹੀ ਹਰਕਤ ਕਰੇਗਾ ਅਤੇ ਉਸ ਸ਼ਖਸ ਦੇ ਵੱਲੋਂ ਆਪਣੇ ਹੀ ਗੁਆਂਢੀ ਦੇ ਘਰ 'ਚ ਚੋਰੀ ਕੀਤੀ ਗਈ ਹੈ। ਘਰ ਦੇ ਵਿੱਚ ਜੋ ਸਾਰਾ ਸਮਾਨ ਹੈ ਉੱਥਲ ਪੁੱਥਲ ਹੋਇਆ ਹੁੰਦਾ ਔਰ ਤਾਲਾ ਤੋੜ ਕੇ ਉਹ ਸ਼ਖਸ ਘਰ ਦੇ ਵਿੱਚ ਦਾਖਲ ਹੁੰਦਾ, ਜਿਸ ਤੋਂ ਬਾਅਦ ਉਸਦੇ ਵੱਲੋਂ ਪਹਿਲਾਂ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ, ਫਿਰ ਉਸ ਤੋਂ ਬਾਅਦ ਮੰਦਿਰ 'ਚ ਪਏ ਹੋਏ ਨਕਦੀ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਔਰ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਰੁਪਏ ਦੀ ਚੋਰੀ ਕੀਤੀ ਗਈ ਹੈ। ਸੋਨੇ ਚਾਂਦੀ ਦੇ ਗਹਿਣੇ ਲੈ ਕੇ ਜੋ ਚੋਰ ਹੈ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀਆਂ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਸ਼ਖਸ ਘਰ ਦੇ ਛੱਤ ਤੋਂ ਟੱਪ ਕੇ ਦਾਖਲ ਹੁੰਦਾ ਹੈ ਵਿਖਾਈ ਦੇ ਰਿਹਾ, ਜਿਸ ਤੋਂ ਬਾਅਦ ਇਲਾਕੇ ਦੇ ਵਾਸੀਆਂ ਨੇ ਅਤੇ ਪਰਿਵਾਰ ਦੇ ਜੀ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਕਾਰਵਾਈ ਦੀ ਗੱਲ ਆਖੀ ਗਈ ਹੈ। ਹਾਲਾਂਕਿ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਪੁਲਿਸ ਇਸ ਸਭ ਦੀ ਛਾਣਬੀਣ ਕਰਦੀ ਹੈ, ਆਸੇ ਪਾਸੇ ਦੀ ਜੋ CCTV ਤਸਵੀਰਾਂ ਨੇ ਉਹ ਖੰਗਾਲੀਆਂ ਜਾਂਦੀਆਂ ਨੇ ਕਿ ਤਾਂ ਜੋ ਉਕਤ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ। ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗੁਆਂਢੀ ਦੇ ਵੱਲੋਂ ਹੀ ਆਪਣੇ ਗੁਆਂਢੀ ਦੇ ਘਰ 'ਚ ਚੋਰੀ ਕੀਤੀ ਗਈ ਹੈ। ਤਾਲਾ ਤੋੜ ਕੇ ਸ਼ਖਸ ਘਰ ਦੇ ਵਿੱਚ ਦਾਖਲ ਹੁੰਦਾ, ਫਿਰ ਉਸ ਤੋਂ ਬਾਅਦ ਉਹ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਅਤੇ ਹਜ਼ਾਰਾਂ ਦੀ ਨਕਦੀ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਨਾਮ ਬਤਾਓ, ਕਹਾਂ ਕਰੇ ਆਣਾ ਬੜਾ, ਕੀ ਬਾਤ ਹੋਈ ਹੈ? ਮੈਂ ਰਵੀ ਕੁਮਾਰ ਹਾਂ ਜੀ, ਨਹਿਰੂ ਕਲੋਨੀ। ਹਾਂਜੀ, ਕੀ ਬਾਤ ਹੋਈ ਹੈ? ਮੈਂ ਜੀ ਅੱਜ ਤਾਲਾ ਤੋੜਿਆ ਵਾ ਅਤੇ ਅੱਜ ਪੱਖਾ ਵੀ ਲੈ ਕੇ, ਗਹਿਣਾ ਕੱਟੂ ਜੋ ਵੀ ਤਾਂ 10,000 ਰੁਪਈਆ ਉਹ ਵੀ ਲੈ ਗਏ। ਤਾਂ ਜੇ ਮੈਂ 4:30 ਵਜੇ ਆਇਆ, ਦੇਖਿਆ ਤਾਂ ਕਮਰੇ ਤਾਲਾ ਟੁੱਟਿਆ ਦਾ। ਕਿਸ ਚੀਜ਼ ਦਾ ਤੁਸੀਂ ਕੰਮ ਕਰਦੇ ਹੋ? ਮੈਡੀਕਲ ਕਾਲਜ ਕੁਕਿੰਗ ਦਾ। ਅੱਛਾ ਜੀ, ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਕੰਮ ਕਰਦੇ ਆ? 30 ਸਾਲ ਹੋ ਗਏ। ਅੱਛਾ, ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਿਸ ਟਾਈਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕਿ? ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਿਆ। ਤੇ ਤੁਸੀਂ ਤੇ ਕੱਲੇ ਰਹਿੰਦੇ ਸੀ ਕਿ ਹੋਰ ਵੀ? ਮੈਂ ਕੱਲਾ ਰਹਿੰਦਾ ਜੀ। ਹਾਂਜੀ, ਕੋ ਪਤਾ ਲੱਗੋ ਕੈਮਰਾ ਵਗੈਰਾ ਲੱਗਾ? ਕੈਮਰਾ ਲੱਗਿਆ ਜੀ, ਚੈੱਕ ਕੀਤਾ, ਫਿਰ ਅਸੀਂ ਐਫਆਰ ਲੌਜ ਕਰਵਾਈ। ਹਾਂਜੀ, ਕਿੰਨੇ ਕੁ ਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ? ਟੋਟਲ ਨੁਕਸਾਨ ਇਹ ਹੈ ਜੀ 50-60 ਹਜ਼ਾਰ ਦਾ ਹੋਊਗਾ ਜੀ ਸੋਨਾ ਜੀ। ਹਾਂਜੀ। ਅੱਛਾ ਜੀ, ਤੇ ਕੋ ਪਤਾ ਲੱਗਾ ਕਿੰਨੇ ਮੁੰਡੇ ਸੀ ਜਾਂ ਕੁਛ ਪਤਾ? ਇਹ ਨਹੀਂ ਪਤਾ ਲੱਗਿਆ, ਕੈਮਰੇ 'ਚ ਇੱਕ ਹੀ ਆਉਂਦਾ ਇਕੱਲਾ। ਅੱਛਾ ਜੀ, ਹੋਰ ਕੀ ਤੁਹਾਡਾ ਲੈ ਕੇ ਜੀ? ਹਾਂਜੀ, ਪੱਖਾ ਹੈ, ਗਹਿਣਾ ਹੈ, ਮਾਲਾ ਹੈ, ਗੁੱਠੀ ਹੈ, ਚੈਨੀ ਹੈ, ਕੱਪ 10,000 ਰੁਪਈਆ। ਅੱਛਾ, ਹਾਂਜੀ, ਅੱਜ ਹੀ ਸਾਰਾ ਸਮਾਨ ਲੈ ਗਏ? ਹਾਂਜੀ ਹਾਂਜੀ। ਆਏ ਕਦੋਂ ਪਤਾ ਲੱਗਾ ਕਿੱਥੋਂ ਦੀ ਕੋਈ ਟੱਪ ਕੇ ਆਏ ਜਾਂ ਕਿੱਥੋਂ? ਕੰਧ ਟੱਪ ਕੇ ਆਏ ਜੀ, ਪਤਾ ਕੈਮਰਾ ਦੇਖਿਆ ਤਾਂ ਕੰਧ ਟੱਪ ਕੇ ਆਏ, 1 ਵਜੇ 1 ਵਜੇ ਦੁਪਹਿਰ ਨੂੰ। ਜਿਹੜਾ ਨਿਤਿਆ ਵਾ, ਬਾਕੀ ਉਹਨੂੰ ਤਾਂ ਵੇਸਾ ਜਾ ਤਾਂ ਥੋੜੀ ਜਿਹੀ ਮਾੜੀ ਮੋਟੀ ਪਤਾ ਲੱਗੇ ਕਿ ਕਿੱਦਾਂ ਦੂਸਰੇ ਘਰ 'ਚ ਕਿਆ ਕਰਨਾ ਕਿਆ ਨਹੀਂ ਕਰਨਾ। ਬਟ ਟੋਟਲ ਤੁਹਾਡਾ 50-60 ਹਜ਼ਾਰ ਦਾ ਨੁਕਸਾਨ। ਹਾਂਜੀ ਹਾਂਜੀ। ਉਸ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ, ਉਹਨੂੰ ਕੁਛ ਪਤਾ ਸੀ ਕਿ ਕਿੱਥੇ ਗਹਿਣਾ ਪਿਆ ਜਾਂ ਕੁਛ ਸੀ ਪਤਾ ਲੱਗਾ? ਨਹੀਂ ਜੀ, ਉਹ ਤਾਂ ਅੰਦਰ ਗਹਿਣਾ ਕਿੱਥੇ ਪਿਆ ਸੀ? ਗਹਿਣਾ ਮੰਦਰ 'ਚ ਪਿਆ ਸੀ। ਉਹ ਮੰਦਰ 'ਚੋਂ ਹੀ ਲੈ? ਹਾਂਜੀ ਹਾਂਜੀ। ਤੇ ਪੈਸੇ ਵਗੈਰਾ ਕਿੱਥੇ ਪਏ? ਪੈਸੇ ਬੈਗ 'ਚ ਸੀ। ਤੇ ਹੋਰ ਜੇ ਹੋਰ ਕੀ ਲੈ? ਆ ਪੱਖਾ ਜੀ, ਛੱਤ ਵਾਲਾ ਪੱਖਾ। ਅੱਛਾ, ਛੱਤ ਵਾਲਾ ਪੱਖਾ ਹੀ ਲੈ ਚੜ ਗਿਆ। ਹੁਣ ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਜੇ ਇਹ ਕਰਦੇ ਜੀ, ਪਹਿਲੇ ਉਹਨੂੰ ਗ੍ਰਿਫਤਾਰ ਕੀਤਾ ਜਾਏ, ਫਿਰ ਉਹਨੂੰ ਤਾਂ ਪੁੱਛਣ ਮੇਰਾ ਸਮਾਨ ਸਾਰਾ ਦੇ ਦੇਵੇ। ਤੋਂ
ਮੇਰਾ ਨਾਮ ਵਿਨੀਤ ਸ਼ਰਮਾ ਆ, ਸਾਡਾ ਘਰ ਨਾਲ ਦਾ ਘਰ ਹੀ ਹੈ ਜੀ। ਕੀ ਗੱਲ ਹੋਈ ਭਾਜੀ ਇੱਥੇ? ਇਹ ਰਵੀ ਕੁਮਾਰ ਜੀ ਸਾਡੇ ਇੱਥੇ ਨਾਲ ਦੇ ਗੁਆਂਢੀ ਘਰ ਕਿਰਾਏ 'ਤੇ ਰਹਿੰਦੇ ਨੇ, ਮੈਸ 'ਚ ਕੰਮ ਕਰਦੇ ਵਿਚਾਰੇ, ਰੋਜ਼ ਸਵੇਰੇ ਜਾਂਦੇ ਸ਼ਾਮੀ ਰਾਤੀ ਜਾਂਦੇ ਆ। ਇਹਨਾਂ ਦੇ ਘਰ ਅੱਜ ਚੋਰੀ ਹੋ ਗਈ ਆ ਜੀ, ਜੇ ਪੱਖਾ ਇਹਨਾਂ ਦੇ ਪੈਸੇ ਜਿਹੜੇ ਜਮ੍ਹਾਂ ਕੀਤੇ ਵਿਚਾਰਿਆਂ ਨੇ ਮਿਹਨਤ ਕਰ ਕਰਕੇ, ਪਲੱਸ ਅੰਗੂਠੀਆਂ ਵਾਲੀਆਂ ਹੋਰ ਵੀ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ। ਕਿੰਨੀ ਦੇਰ ਤੋਂ ਇਸ ਜਗ੍ਹਾ 'ਤੇ ਰਹਿ ਰਹੇ ਸੀ? ਇਹ ਭਾਈ ਇੱਥੋਂ ਕਾਫੀ ਹੋ ਗਏ ਆ, 15-20 ਸਾਲ ਹੋ ਗਏ ਇੱਥੇ ਰਹਿੰਦੇ ਨੇ। ਅੱਛਾ, ਕਿਰਾਏ 'ਤੇ ਰਹਿੰਦੇ ਸੀ? ਹਾਂਜੀ, ਕਿਰਾਏ 'ਤੇ ਰਹਿੰਦੇ ਆ। ਅਤੇ ਕੁਛ ਪਤਾ ਲੱਗਾ ਕੋਈ? ਹਾਂਜੀ, ਸਾਡੇ ਨਾਲ ਦਾ ਇੱਕ ਘਰ ਛੱਡ ਕੇ, ਸਾਡਾ ਘਰ ਛੱਡ ਕੇ ਇੱਕ ਬੰਦਾ ਹੈਗਾ ਲੱਭੂ, ਉਹ CCTV 'ਚ ਕੈਪਚਰ ਹੋਇਆ, ਉਹ ਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ, ਔਰ CCTV ਸਾਡੇ ਕੋਲ ਹੈਗੀ ਹੈ। ਪੁਲਿਸ ਨੂੰ ਉਸ ਬਾਰੇ ਕੰਪਲੇਂਟ ਦਿੱਤੀ ਗਈ? ਅਸੀਂ ਪੁਲਿਸ ਕੰਪਲੇਂਟ ਕਰ ਆਏ ਹਾਂ, ਮੇਜਰ ਨੰਬਰ ਦੇ ਆਏ, ਕੰਪਲੇਂਟ ਵੀ ਦੇ ਆਏ ਹਾਂ, ਮਹੱਲੇ ਵੱਲੋਂ ਵੀ ਦੇ ਆਏ ਹਾਂ ਅਤੇ ਆਪਣੇ ਵੱਲੋਂ ਵੀ ਦੇ ਆਏ। ਇਸ ਤੋਂ ਪਹਿਲੇ ਵੀ ਕੋਈ ਇਹੋ ਜਿਹੀ ਵਾਰਦਾਤ ਹੋਈ? ਇਸ ਤੋਂ ਪਹਿਲੇ ਉਹਨੇ ਕਾਫੀ 4-5-6 ਮਹੀਨੇ ਪਹਿਲਾਂ ਵੀ ਕੀਤੀਆਂ ਜੀ। ਹੁਣ ਪੁਲਿਸ ਨੇ ਕੋਈ ਆਈ ਮੌਕੇ 'ਤੇ ਪੁਲਿਸ ਆਈ ਕੋਈ? ਨਹੀਂ, ਪੁਲਿਸ ਉਦੋਂ ਕੋਈ ਨਹੀਂ ਆਈ, ਉਦੋਂ ਇਹ ਗਾਇਬ ਹੋ ਗਿਆ, ਲੱਭਾ ਨਹੀਂ, ਸਾਡੇ ਕੋਲ ਸਬੂਤ ਵੀ ਹੋਈ ਨਹੀਂ ਸੀ ਕਿ ਇਹਨੇ ਚੋਰੀ ਕੀਤੀ ਆ, ਹੁਣ ਸਾਡੇ ਕੋਲ CCTV ਦੀ ਪੂਰੀ ਫੁਟੇਜ ਹੈਗੀ। ਹੁਣ ਮੌਕੇ 'ਤੇ ਪੁਲਿਸ ਪਹੁੰਚੀ? ਹਾਂਜੀ, ਹਜੇ ਤੱਕ ਨਹੀਂ ਆਇਆ, ਕਹਿ ਰਹੇ ਸੀ ਆ ਰਹੇ, ਕੰਪਲੇਂਟ ਦੇ ਰਹੇ ਆ, ਇੱਕ ਸਾਡਾ ਬੰਦਾ ਉੱਥੇ, ਉਹਨਾਂ ਲੈ ਕੇ ਆ ਰਿਹਾ। ਕੀ ਮੰਗ ਕੀ ਕਰਦੇ ਭਾਅ ਜੀ ਤੁਸੀਂ? ਮੰਗ ਕਰਦੇ ਆ ਅਤੇ ਕਾਰਵਾਈ ਕੀਤੀ ਜਾਏ, ਇਹਨੂੰ ਮਹੱਲੇ 'ਚੋਂ ਕੱਢਿਆ ਜਾਵੇ, ਅਸੀਂ ਨਹੀਂ ਇਹਨੇ ਇੱਥੇ ਗੰਦੇ ਬੰਦੇ ਰੱਖਣਾ ਆਪਣੇ ਮਹੱਲੇ 'ਚ। ਆ ਕੇ ਮੌਕਾ ਦੇਖਿਆ ਜੀ, ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਖਿਲਾਇਆ, ਜਿਨ੍ਹਾਂ ਦੇ ਇਲਜ਼ਾਮ ਲਾਇਆ ਵਾ ਉਹਨਾਂ ਦਾ ਬੇਟਾ ਅਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ, ਉਹ ਕਹਿੰਦੇ ਲਿਆ ਕੇ ਥਾਣੇ ਪੇਸ਼ ਕਰ ਦਿੰਦੇ ਆ, ਅਗਲੀ ਤਫਤੀਸ਼ ਉਹਦੇ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਏਗੀ, ਪਰ ਘਰ ਦੇ ਵਿੱਚੋਂ ਕੋਈ ਇਹੋ ਜਿਹੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਸਰ ਪਤਾ ਲੱਗਾ ਕਿੰਨੇ ਕੁ ਦਾ ਕੀ ਕੀ ਚੀਜ਼ ਦੀ ਲੋੜ ਪਈ, ਕੁਛ ਪਤਾ ਲੱਗਾ? ਨਹੀਂ ਪਤਾ ਨਹੀਂ, ਪਤਾ ਤਾਂ ਲੱਗ, ਇਹਨਾਂ ਨੇ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਵਾ, ਅਗਲੇ ਜਦੋਂ ਦੋਸ਼ੀ ਨੂੰ ਫੜਾਂਗੇ ਫਿਰ ਉਹ ਤੋਂ ਪਤਾ ਲੱਗੇਗਾ ਕੀ ਚੀਜ਼ ਬਰਾਮਦ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਮੌਕੇ 'ਤੇ ਉਸੇ ਵੇਲੇ ਜਾ ਰਹੇ ਹਾਂ। ਇਹ ਤਾਂ ਹੈਗਾ ਜੀ ਆਪਣਾ ਕਿਹੜੀ ਕਲੋਨੀ? ਨਹਿਰੂ ਕਲੋਨੀ, 88 ਫੁੱਟ ਰੋਡ, ਮੀਠਾ ਰੋਡ ਨੇੜੇ, ਬਾਬਾ ਮੀਰ ਸ਼ਾਹ ਜੀ।